बिस्मिल्लाहिर्रहमानिर्रहीम, अस्सलाम वालेकुम वरहमतुल्लाहि वबरकातुहु। हाँ जी दोस्तों, की हाल चाल है? मैं तुहाडा वीर मिस्त्री एहसान, तुहानू अपने अज दे इस ब्लॉग खुश आमदीद कहना। अल्लाह ताला दी रहमत करम फजल शुक्र दे नाल अपना अज दा इह ब्लॉग करिए जी शुरू। 4 जुलाई ते जुमेरात दा दिन है अज। अलहम्दुलिल्लाह ਬੜਾ ਹੀ ਖੂਬਸੂਰਤ ਜਿਹਾ ਮਾਹੌਲ ਬਣ ਗਿਆ। ਸੁਬਹਾ ਸੁਬਹਾ ਇੱਕਦਮ ਇੰਜ ਬੱਦਲ ਦੀ ਲਹਿਰ ਉੱਠੀ ਹੈ ਅਤੇ ਜਿਹੜਾ ਅੱਜ ਦਾ ਵੈਦਰ ਹੈ ਨਾ, ਕਮਾਲ ਦਾ ਹੋ ਗਿਆ। ਸੂਰਜ ਮਾਮੂ ਵੀ ਚੜਿਆ ਸੀ ਇੱਥੇ ਤੱਕ, ਲੇਕਿਨ ਬੱਦਲ ਨੇ ਆਖਿਆ ਤੂੰ ਥੋੜ੍ਹਾ ਜਿਹਾ ਥੱਲੇ ਹੋ ਜਾ, ਲੋਕਾਂ ਦੇ ਬੜੇ ਤੂੰ ਧੂੰ ਕੱਢੇ ਨੇ। ਤਾਜ਼ਾ ਤਾਜ਼ਾ ਫਰੈਸ਼ ਫਰੈਸ਼ ਚੱਲਣ ਦੀ ਅਲਹਮਦੁਲਿਲਾ। ਆਸ਼ਾ ਹਜੇ ਵੀ ਸੁੱਤੀ ਹੈ, ਬਕਾਇਆ ਮੰਜੀਆਂ ਮੰਜੀਆਂ ਸਾਰੇ ਬੇਗਮ ਬਾਬਾ ਲਈ ਜਾਂਦੀ ਥੱਲੇ, ਮਤਲਬ ਲਾ ਲੂ ਕੇ ਕੱਪੜੇ ਵਗੈਰਾ, ਬਿਸਤਰੇ ਵਗੈਰਾ। ਇੱਕ ਆਹ ਜਿਹੜਾ ਨਾ ਅੱਧੇ ਕ ਮਾਮਾ ਦੀ ਹੈਲਪ ਕਰਨ ਵਾਸਤੇ ਅੱਧਾ ਕੁ ਕੋਈ ਸਮਾਨ ਸਮੂਨ ਇਹਨੇ ਵੀ ਚੁੱਕਿਆ। ਚੱਲ ਆ ਜਾ, ਲੈ ਜਾ ਲੈ ਜਾ। ਸੁਬਹਾ ਸੁਬਹਾ ਦੀ ਗ੍ਰੀਨਰੀ ਜਿਹੜੀ ਹੈ, ਹਰਿਆਲੀ, ਮਾਸ਼ਾਅੱਲਾ, ਬੜਾ ਦਿਲ ਨੂੰ ਨਾ ਸਕੂਨ ਹੁੰਦਾ ਵੇਖ ਕੇ। ਉੱਧਰੋਂ ਇੰਨੀ ਪਿਆਰੀ ਹਵਾ ਚੱਲਣ ਦੀ, ਇੱਕ ਦਰਖਤ ਵਗੈਰਾ ਹਿੱਲਣ ਦੇ, ਕਿਆ ਬਾਤ ਹੈ ਮਾਸ਼ਾਅੱਲਾ ਤੁਹਾਡਾ। ਇਸ ਟਾਈਮ ਨਾ ਜਨਾਬੇ ਨਹਾ ਧੋ ਕੇ ਫਰੈਸ਼ ਹੋ ਗਏ, ਯਾਨੀ ਕਿ ਨਾਸ਼ਤਾ ਕਰਨ ਲੱਗੇ ਹਾਂ। ਨਾਸ਼ਤੇ ਦੇ ਵਿੱਚ ਕੀ ਹੈ ਜਨਾਬ, ਚਾਏ ਅਤੇ ਨਾਲ ਰਸ। ਆਹ ਇੱਕ ਡਬਲ ਰੋਟੀ ਲਿਆਉਂਦੀ, ਮੈਨੂੰ ਡਬਲ ਰੋਟੀ ਵੀ ਪਸੰਦ ਹੁੰਦੀ ਹੈ ਆਪਣਾ ਚਾਹ ਦੇ ਨਾਲ। ਬਿਸਮਿਲਾ ਕਰੀਏ ਅਤੇ ਨਾਸ਼ਤਾ ਕਰੀਏ, ਫਿਰ ਚਲੀਏ ਕੰਮ 'ਤੇ। ਹਾਏ 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 ਹਾਏ, ਕਿਆ ਬਾਤ ਹੈ ਜੀ। ਖਾਓ, ਮੇਰੀ ਧੀ ਖਾਂਦੀ ਕਿਉਂ ਨਹੀਂ, ਡੱਠ ਫੜ ਕੇ ਬਹਿ ਰਹੀ ਹੈ। ਖਾਓ, ਸ਼ਰਮਾ ਗਿਆ ਸਣਾ ਪੀ ਅੱਗੋਂ। ਆਹ ਇੱਧਰ ਮੁੱਤ 'ਤੇ ਖਾਣ ਲੱਗਾ, ਚਲੋ ਖਾਓ। ਮੁੱਤ ਦੀ ਆਪਣੀ ਵੱਖਰੀ ਚਾਹ ਹੁੰਦੀ ਹੈ ਇਹ ਵਾਲੀ, ਹੈਂ। ਚਲ ਖਾਓ, ਚਲ ਉਹਦੇ ਵਿੱਚ ਡੋਬ। ਏ ਐਸੇ, ਚਲ ਆ ਮੂੰਹ ਮੇ ਡਾਲੋ। ਆਈਆ ਮਜ਼ੇਦਾਰ ਹੈ। ਨਾਸ਼ਤਾ ਵਗੈਰਾ ਕਰ ਲਿਆ ਅਲਹਮਦੁਲਿਲਾ, ਅਤੇ ਹੁਣ ਜਨਾਬ ਵਾਲੀ ਨਿਕਲੀਏ ਕੰਮ 'ਤੇ। ਅਮਨ ਦਾ ਸਟਾਈਲ ਵੇਖੋ, ਕੁੰਡੀ ਖੋਲਣ ਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ। ਅਲਹਮਦੁਲਿਲਾ ਕੰਮ 'ਤੇ ਪਹੁੰਚ ਆਏ ਹਾਂ, ਅਤੇ ਕੰਮ ਅਸੀਂ ਕਿੱਥੇ ਕਰਨ ਲੱਗੇ ਹਾਂ, ਜਿਹੜੀ ਆਹ ਥੱਲੋਂ ਸੀੜੀ ਢਾਈ ਹੈ ਨਾ, ਇਹਦੇ ਉੱਤੇ ਆਹ ਛੱਤ ਪਾਉਣ ਲੱਗੇ ਹਾਂ। ਆਹ ਟੀਅਰ ਉਹ ਕੱਟ, ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਟੀਅਰ ਕੱਟਣ ਲੱਗੇ ਸੀ, ਅਤੇ 2-3 ਕੱਟ ਕੇ ਗ੍ਰੈਂਡਰ ਸਾਹਿਬ ਨੇ ਹੀ ਜਵਾਬ ਚੱਲਦੇ ਜਵਾਬ ਦੇ ਗਏ ਹਨ। ਉਸ ਤੋਂ ਬਾਅਦ ਆਹ ਗ੍ਰੈਂਡਰ ਲਿਆਉਂਦਾ ਹੁਣ ਹੋਰ, ਅਤੇ ਇਹਦੇ ਨਾਲ ਕੱਟ ਕੇ ਮੂੰਹ ਇਹਨਾਂ ਸਿੱਧੇ ਕਰਕੇ ਪੁੱਧਰੇ ਕਰਕੇ ਐਡੀ ਉੱਤੇ ਪਾ ਕੇ, ਟਾਇਲ ਪਾ ਕੇ, ਅਤੇ ਇਹਦੀ ਛੱਤ ਪੱਕੀ ਕਰ ਦੇ ਉੱਤੋਂ ਡਬਲ ਟਾਇਲ ਲਾ ਕੇ, ਮਿੱਟੀ ਪਾ ਕੇ ਸਾਰਾ ਕੁਛ। ਲਓ ਜਨਾਬ ਵਾਲੀ ਆ ਸਾਰੇ ਨਾ ਕੱਟ ਕੇ ਸਿਰੇ ਇਹਨਾਂ ਦੇ ਪੱਧਰੇ ਕਰਕੇ, ਇਹਨਾਂ ਨੂੰ ਨਾਲ ਰੱਖ ਕੇ ਨਿਸ਼ਾਨ ਲਾ ਦਿੱਤੇ, ਦੇਖਦੇ ਨਿਸ਼ਾਨ ਲਾ ਕੇ 1, 2, 3, 4 ਇੱਦਾਂ ਲਿਖ ਕੇ ਸਾਰੇ ਰੱਖ ਦਿੱਤੇ ਨੇ। ਇਹਨਾਂ ਨੂੰ ਹੁਣ ਥੱਲੇ ਦੂਸਰੇ ਕੱਟਰੇ 'ਤੇ ਕੱਟ ਕੇ ਲਿਆਉਂਦੇ ਹਾਂ, ਕਿਉਂਕਿ ਇਹਦੀ ਡਿਸਕ ਵੀ ਖਤਮ ਹੋ ਗਈ ਅਤੇ ਇਹਦੇ ਵੱਸ ਦਾ ਵੀ ਨਹੀਂ ਰੋਗ, ਛੋਟਾ ਗ੍ਰੈਂਡਰ ਹੁੰਦਾ ਹੈ ਨਾ। ਇਹ ਜੀ ਆਪਣੇ ਭਾਈ ਅਰਸ਼ਦ ਸਾਹਿਬ, ਕੀ ਕਰਨ ਦੇ ਇਹਨਾਂ ਵਾਲਾ, ਕੱਲ੍ਹ ਖਲਾਰਾ ਪਾ ਲਿਆ ਅਤੇ ਅੱਜ ਖਲਾਰਾ ਖੁੱਲ ਜਾਂਦੇ ਨੇ। ਇਹ ਦੇਖੋ ਜੀ, ਕੱਲ੍ਹ ਖਲਾਰਾ ਪਾ ਕੇ ਅਤੇ ਅੱਜ ਮੁੰਡਾ ਚੁੱਕਣ ਡਿਆ। ਤੂੰ ਪਹਿਲਾਂ ਖਲਾਰਾ ਪਾ ਹੀ ਨਾ, ਹੈ ਇੱਕ ਉਹ ਇੱਕ ਉਹ ਉੱਧਰ ਵੇ ਹੱਸਦਾ ਜੀ ਮੱਠਾ ਮੱਠਾ।
ਜਿਹੜਾ ਮਾਬਾ ਚੁੱਕ ਕੇ ਸੁੱਟਣੇ ਨੇ ਬਾਹਰ ਅਤੇ ਆਪਾਂ ਟੀਅਰ ਟੂਅਰ ਕੱਟ ਕੇ ਛੱਤ ਪਾਉਂਦੇ ਹਾਂ। ਇਹ ਵੇ ਕਿ ਗਰਮੀ ਦਾ ਮੌਸਮ ਹੈ, ਗਰਮੀ ਤਾਂ ਫਿਰ ਲੱਗਣੀ ਲੱਗਣੀ ਹੈ, ਲੇਕਿਨ ਅੱਲਾਹ ਪਾਕ ਦਾ ਲੱਖ ਅਤੇ ਕਰੋੜਾਂ ਵਾਰੀ ਸ਼ੁਕਰ ਹੈ, ਕਾਫ਼ੀ ਮੌਸਮ ਬਿਹਤਰ ਹੈ ਅੱਜ ਸੁਬਹਾ ਦਾ, ਹੈਂ, ਕਿਉਂਕਿ ਧੁੱਪ ਵੀ ਜਿਹੜੀ ਹਲਕੀ ਹਲਕੀ ਧੀਮੀ ਧੀਮੀ ਹੈ, ਅਤੇ ਜਿਹੜੀ ਹਵਾ ਹੈ ਉਹ ਵੀ ਫਰੈਸ਼ ਜਿਹੜੀ ਹੈ ਨਾ, ਤਾਜ਼ੀ ਆਬੋ ਹਵਾ ਉਹ ਵੀ ਅਲਹਮਦੁਲਿਲਾ ਚੱਲਣ ਚੁੱਲਣ ਰਹੀ ਹੈ। ਟਾਇਲ ਅਸੀਂ ਪਾ ਦਿੱਤੀ, ਟੀਅਰ ਪਾ ਕੇ ਉੱਤੇ ਪਾਉਣ ਲੱਗੇ ਹਾਂ ਛਾਪਰ ਅਤੇ ਮਿੱਟੀ, ਫਿਰ ਉੱਤੇ ਡੱਬਲ ਟਾਇਲ ਪਾ ਦੇਣੀ ਹੈ। ਲੰਗੀ ਨੂੰ ਕਿਹਾ ਮਸਾਲਾ ਬਣਾ, ਅਤੇ ਮਸਾਲੇ ਵਿੱਚ ਪਾਉਣਾ ਪਾਣੀ, ਅਤੇ ਉੱਧਰੋਂ ਟੈਂਕੀ 'ਚ ਪਾਣੀ ਕੱਢ ਕੇ ਅਤੇ ਲਈ ਆਉਂਦਾ ਆਪਣਾ ਇਸ ਮਸਾਲੇ 'ਚ ਸੱਟੇਗਾ। ਮਸਾਲਾ ਤਿਆਰ ਹੋ ਜਾਏਗਾ ਅਤੇ ਫਿਰ ਮਸਾਲਾ ਅਸੀਂ ਕਿੱਥੇ ਲਾਉਣਾ, ਇਹ ਜਿਹੜੀ ਹੈ ਨਾ ਸਾਈਡ ਵਾਲੀ ਇੱਕ ਲਾਈਨ, ਇਹਦੇ ਇੱਥੇ ਲੱਗਣਾ ਇੱਕ ਇੱਕ ਵਾਰ, ਫਿਰ ਉੱਤੇ ਆ ਲਾਈਨ ਪੈਣੀ, ਫਿਰ ਉੱਤੇ ਛਾਪਰ ਪੈਣਾ। ਅਲਹਮਦੁਲਿਲਾ ਜੀ, ਛੱਤ ਆਪਣੀ ਪੈ ਗਈ ਹੈ, ਉੱਤੇ ਛਾਪਰ ਪਾ ਕੇ ਮਿੱਟੀ ਵੀ ਪਾ ਦਿੱਤੀ ਹੈ, ਥੋੜ੍ਹੀ ਜਿਹੀ ਮਿੱਟੀ ਘੱਟਦੀ, ਉਹ ਲੈਣ ਗਿਆ ਬੰਦਾ, ਲੈ ਕੇ ਆਉਂਦਾ ਇਹਦੇ ਉੱਤੇ ਪਾ ਕੇ, ਉਸ ਤੋਂ ਬਾਅਦ ਉੱਤੇ ਰੇਤ ਸੁੱਟ ਕੇ ਅਤੇ ਡਬਲ ਟਾਇਲ ਲਾਉਣੀ ਸ਼ੁਰੂ ਕਰਦੇ ਹਾਂ ਜੀ। ਦੋਸਤੋ, ਚਾਏ ਵਗੈਰਾ ਆ ਗਈ ਸੀ, ਚਾਏ ਪੀਣ ਤੋਂ ਬਾਅਦ ਅਸੀਂ ਲੱਗ ਗਏ ਟਾਇਲ ਲਾਉਣ ਆਪਣੀ। ਅਲਹਮਦੁਲਿਲਾ ਹੁਣ ਸਾਡੀ ਟਾਇਲ ਵੀ ਲੱਗ ਗਈ, ਮਿੱਟੀ ਵੀ ਪੂਰੀ ਹੋ ਗਈ ਸੀ। ਉਸ ਤੋਂ ਬਾਅਦ ਮਸਾਲਾ ਬਣਾਇਆ ਥੱਲੇ ਪਾਉਣ ਵਾਲਾ, ਉਹ ਲਾਇਆ ਥੱਲੇ, ਪਤਲਾ ਪਤਲਾ ਮਸਾਲਾ ਪਾ ਕੇ ਉੱਪਰ ਟਾਇਲ ਜੋੜਤੀ ਸੀ। ਆਹ ਸਾਰਾ ਏਰੀਏ ਦੀ ਹੁਣ ਸਫਾਈ ਕਰਾਉਣ ਲੱਗੇ ਹਾਂ, ਸਫਾਈ ਕਰਾਉਣ ਤੋਂ ਬਾਅਦ ਉੱਤੇ ਪਾਣੀ ਲਾਉਂਦੇ ਹਾਂ, ਪਾਣੀ ਲਾ ਕੇ ਅਤੇ ਸੀਮਿੰਟ ਗਰਾਊਂਡ ਕਰ ਦਿੰਦੇ ਹਾਂ। ਵੈਸੇ ਤਾਂ ਅੱਲਾਹ ਪਾਕ ਦੀਆਂ ਬਹੁਤ ਸਾਰੀਆਂ ਨਿਮਤਾਂ, ਲੇਕਿਨ ਜਿਹੜੀ ਹੈ ਨਿਮਤ ਹੈ ਨਾ, ਇਹਦੇ ਵਰਗੀ ਕੋਈ ਨਿਮਤ ਨਹੀਂ, ਪਾਣੀ ਮਾਸ਼ਾ ਅੱਲਾਹ। ਕਿਆ ਬਾਤ, ਸਕੂਨ ਆ ਜਾਂਦਾ ਪੀ ਕੇ ਯਾਰ, ਬੋਤਲ ਲੱਸੀ ਦੂਜੀਆਂ ਚੀਜ਼ਾਂ ਐਸੀਆਂ ਚੀਜ਼ਾਂ ਨੇ, ਉਹ ਪੀ ਕੇ ਵੀ ਕਿਸੇ ਟਾਈਮ ਨਹੀਂ ਮਜ਼ਾ ਆਉਂਦਾ ਜਿੰਨਾ ਸਾਦਾ ਪਾਣੀ ਪੀ ਕੇ, ਇੱਕ ਵਾਰੀ ਦਿਲ ਨੂੰ ਸਕੂਨ ਆ ਜਾਂਦਾ, ਪਿਆਸ ਬੁੱਝ ਜਾਂਦੀ ਯਾਰ। 12:15 ਹੋ ਗਏ, ਯਾਨੀ ਸਵਾ 12 ਹੋ ਗਏ ਨਾ, ਅਸੀਂ ਆਪਣੀ ਜਿਹੜੀ ਟਾਇਲ ਹੈ ਉਹ ਵੀ ਉੱਤੇ ਲਾਤੀ ਸੀ, ਸਿਮਰ ਵੀ ਪਾਤਾ, ਅਤੇ ਹੁਣ ਉਤਰਨ ਲੱਗੇ ਹਾਂ ਥੱਲੇ। ਮਾਸ਼ਾ ਅੱਲਾਹ, ਇਹ ਤਾਂ ਸਾਰਾ ਓਕੇ ਹੋ ਗਿਆ। ਛੱਤ ਵਾਲਾ ਕੰਮ ਜਿਹੜਾ ਨਾ ਫਾਈਨਲ ਕਰਕੇ, ਉਹ ਵਾਲਾ ਸਾਰਾ ਅਸੀਂ ਆ ਗਏ ਥੱਲੇ। ਅਰਸ਼ਦ ਭਾਈ ਨੇ ਸਾਰਾ ਆਪਣਾ ਕਚਰਾ ਜਿਹੜਾ ਸੁੱਟ ਦਿੱਤਾ, ਆਹ ਸਾਰੀਆਂ ਇੱਟਾਂ ਉੱਟਾਂ ਝਾੜਨ ਡਿਆ, ਕੁਛ ਇਹ ਵੀ ਛੱਤ 'ਤੇ ਚੜ੍ਹਨੀ ਆ। ਮੈਂ ਇਹਦੀ ਸਾਰੇ ਦੀ ਮਤਲਬ ਚੜ੍ਹਾਈ ਚੜ੍ਹੀ ਕਰ ਲਈ, ਕਿੰਗਰ ਵਗੈਰਾ ਝਾੜ ਕੇ ਸਾਰੀ ਸਫਾਈ ਕਰਾ ਲਈ ਹੈ। ਇੱਥੇ ਲਾ ਕੇ ਗਏ ਸੀ ਇੰਨੀ ਕੁ ਜਗ੍ਹਾ 'ਤੇ, ਰਾਤੀ ਮਸਾਲੇ ਦੀ ਇੱਕੜਾ ਹੀ, ਇਹਨੂੰ ਆਪਾਂ ਇੱਧਰ ਨੂੰ ਕੱਢਿਆ, ਇੱਧਰਲਾ ਪੂਰਾ ਮਸਾਲਾ ਕੱਢਿਆ, ਹਿੱਸਾ ਕੱਢਿਆ, ਠੀਕ ਹੈ। ਮਸਾਲਾ ਬਣਾਇਆ ਸੀ ਅਸੀਂ ਚਾਰ ਇੱਕ ਦਾ, ਵਿੱਚੋਂ ਇੱਕ ਕੜਾਹੀ ਬਚਿਆ ਪਿਆ, ਅਤੇ ਅੱਜ ਅਸੀਂ ਰੂਟੀਨ ਜਿਹੜੀ ਨਾ ਆਪਣੇ ਕੰਮ ਦੀ ਚੇਂਜ ਕੀਤੀ, ਕਿਉਂਕਿ 1:30 ਵਜੇ ਹੁਣ ਮਸਾਲਾ ਸਾਡਾ ਮੁੱਕਾ ਹੈ, ਕੰਮ ਮੁੱਕਿਆ, ਅਤੇ 1:30 ਵਜੇ ਨਮਾਜ਼ ਪੜ੍ਹ ਕੇ ਅਤੇ ਜਨਾਬੇ ਵਾਲੀ ਜ਼ੋਰ ਦੀ, ਫਿਰ ਆਪਾਂ ਛੁੱਟੀ ਕਰਨ ਲੱਗੇ ਹਾਂ। ਮਜ਼ਦੂਰਾਂ ਨੂੰ ਮੈਂ ਘੜਾਤਾ 1:30 ਵਜੇ, ਅਤੇ ਮੈਂ ਤਾਂ ਹੁਣ ਨਮਾਜ਼ ਪੜ੍ਹਨ ਲੱਗਾ। ਹੈ 12:00 ਵਜੇ ਹੁਣ ਮਾਸਟਰ ਖਲੀਲ ਸਾਹਿਬ ਵੀ ਕੋਈ ਨਹੀਂ, ਉਹਨੇ ਪੂਰਾ ਆਵਾਜ਼ ਮਾਰ ਕੇ ਕਹਿ ਲੈ। ਮੈਂ ਉਹਨਾਂ ਨੂੰ ਆ ਗਿਆ ਤੁਸੀਂ ਜਾਓ, ਅਤੇ ਉਹ ਆਉਂਦੇ 12:00 ਵਜੇ, ਮੈਂ ਹੁਣ ਨਮਾਜ਼ ਤੋਂ ਬਾਅਦ ਸਰ ਖਲੀਲ ਨੂੰ ਹੀ ਖੋਲ੍ਹਣਾ, ਮੈਂ ਤਾਂ ਵਧੀਆ ਕਰਕੇ ਨਮਾਜ਼ ਪੜ੍ਹਨ ਲੱਗਾ, ਠੀਕ ਹੈ ਦੋਸਤੋ। ਅਲਹਮਦੁਲਿਲਾ ਜੀ, ਜ਼ੋਹਰ ਦੀ ਨਮਾਜ਼ ਪੜ੍ਹ ਕੇ ਅਤੇ ਕੰਮ ਤੋਂ ਆ ਗਏ ਹਾਂ ਛੁੱਟੀ ਕਰਕੇ ਘਰ, ਅਤੇ ਘਰ ਖਾਣਾ ਖਾਣ ਆਏ ਹਾਂ, ਅਤੇ ਖਾਣੇ ਦੇ ਵਿੱਚ ਜਨਾਬ ਆਲੂ ਮਟਰ ਅਤੇ ਦਾਲ, ਅਤੇ ਨਾਲ ਇੱਧਰ ਦਾਲ ਦਲੀਆ। ਇਹ ਜਨਾਬੇ ਕੱਲ੍ਹ ਮੈਂ ਸ਼ਾਮੀ ਲਿਆਂਦਾ ਸੀ, ਅਤੇ ਬੇਗਮ ਸਾਹਿਬਾ ਕਹਿੰਦੀ ਕੱਲ੍ਹ ਨੂੰ ਦੁਪਹਿਰ ਨੂੰ ਬਣਾਵਾਂਗੇ।
ਜਿਵੇਂ ਕਿ ਹੁਣ ਆਉਂਦਿਆਂ ਨੂੰ ਬੇਗਮ ਸਾਹਿਬਾ ਬਣਾ ਕੇ ਰੱਖਿਆ ਠੰਡਾ ਕਿ ਗਰਮ ਹੈਂ ਨਹੀਂ ਸਹੀ ਹੈ ਬਿਸਮਿਲ੍ਲਾ ਕਰੀਏ ਫਿਰ ਮਿੱਠੇ ਹਲਵੇ ਤੋਂ ਹੀ ਹਲਵਾ ਕਹਿਣ ਡਿਆ ਮਿੱਠੇ ਦਲੀਏ ਤੋਂ ਹੀ ਬਿਸਮਿਲ੍ਲਾ ਰਹਿਮਾਨ ਰਹੀਮ ਮਾਸ਼ਾਅੱਲਾ ਲਾਜਵਾਬ ਬੜਾ ਮਜ਼ੇਦਾਰ ਹੈ ਜਿਹਦਾ ਖੀਰ ਹੁੰਦੀ ਹੈ ਹੁਣ ਜਨਾਬ ਅਲੀ ਆਪਣਾ ਸਾਲਨ ਟਰਾਈ ਕਰੀਏ ਬਿਸਮਿਲ੍ਲਾ ਰਹਿਮਾਨ ਰਹੀਮ ਆਏ ਹਾਏ ਆਹ ਮਿਰਚਾਂ ਨਾ ਵਿੱਚ ਮੈਂ ਦੋ ਚਾਰ ਨਾ ਐਕਸਟਰਾ ਹੀ ਪਵਾ ਕੇ ਲਿਆਉਂਦਾ ਅੱਜ ਮੈਂ ਉਹਨੂੰ ਕਿਹਾ ਹੈ ਲੇਕਿਨ ਰਸ਼ ਸੀ ਜਿਹਦੀ ਵਜ੍ਹਾ ਤੋਂ ਉਹਨੇ ਨਾ ਮੈਨੂੰ ਲੱਗਦਾ ਮਿਰਚਾਂ ਨਹੀਂ ਇੰਨੀਆਂ ਪਾ ਦਿੱਤਾ ਚਲੋ ਜਿਹੜੀਆਂ ਪੈ ਗਈਆਂ ਜਿਹੜੀਆਂ ਸਾਡੇ ਨਸੀਬਾਂ 'ਚ ਉਹੀ ਸਹੀ ਗੱਡੀ ਨਾ ਕੇ ਗਈ ਆਪਣੇ ਬੂਹੇ ਦੇਖੋ ਦੀ ਗੱਡੀ ਨਾ ਕੇ ਗਈ ਆਪਾਂ ਨੇ ਵੀ ਗੱਡੀ ਹੋਏਗੀ ਕਿ ਨਹੀਂ ਇੱਕਦਮ ਦੋਸਤੋ ਖਾਣਾ ਵਗੈਰਾ ਖਾ ਕੇ 3:30 ਵਜੇ ਆਣ ਕੇ ਲੱਗ ਗਏ ਕੰਮ 'ਤੇ ਕਿਉਂਕਿ 1:30 ਵਜੇ ਗਏ ਸੀ ਅਤੇ 3:30 ਵਜੇ ਆਣ ਕੇ ਲੱਗਣਾ ਸੀ ਕੰਮ 'ਤੇ ਇੱਕ ਇਹ ਵਿੰਡੋ ਅਤੇ ਦੂਸਰੀ ਇਹ ਵਿੰਡੋ ਇਹਦੀਆਂ ਆਹ ਵੀ ਸਾਈਡਾਂ ਵਾਲੀ ਧਾੜਾ ਤੋਂ ਥੱਲੇ ਵੀ ਪਲਸਤਰ ਪਲੁਸਤਰ ਕਰਕੇ ਇਹ ਇੱਕ ਇੱਧਰਲੀ ਵਿੰਡੋ ਆ ਗਈ ਇੱਧਰਲਾ ਕਚਲਾ ਉਛਲਾ ਸਾਰਾ ਇੰਨਾ ਕੁ ਰਹਿ ਗਿਆ ਬਕਾਇਆ ਸਾਰਾ ਸੁੱਟਿਆ ਗਿਆ ਮੁੰਡੇ ਤਾਂ ਪੂਰੇ 6 ਨੋਟ ਦੇ ਗਿਣ ਲੈ ਇੱਕ ਵਾਰੀ ਗਿਣਨੇ ਆਉਂਦੇ ਨੀ ਕਿਤਨੇ ਆ 6000 ਆ ਵੀ 12 ਨੋਟ ਨੇ ਆਪਣੇ ਜਨਾਬ ਯਾਰ ਗਰਿੱਲ ਵਾਲੇ ਜਿਹੜੇ ਨੇ ਨਾ ਇਹ ਕੱਲ੍ਹ ਤਾਂ ਫਾਈਨਲ ਨਹੀਂ ਸੀ ਕਰਕੇ ਗਏ ਅਤੇ ਅੱਜ ਫਾਈਨਲ ਦੇ ਨਾ ਕਰਨ ਆਣ ਕੇ ਫਿਰ ਵਿਖਾਵਾਂਗੇ ਤੁਹਾਨੂੰ ਅਗਲੇ ਵਲੋਗ 'ਚ ਨਾ ਵੀ ਅਹਿਮਦ ਅੱਛਾ ਆਹ ਝੂਟਾ ਤੇ ਨਹੀਂ ਲੈਣਾ ਓ ਹੋਏ ਮੈਂ ਕੰਮ ਤੋਂ ਆਇਆ ਜੀ ਅਤੇ ਮੈਂ ਹਾਂ ਮੈਂ ਤੈਨੂੰ ਝੂਟਾ ਤਾਂ ਅਤੇ ਆਉਣ ਹੀ ਨਹੀਂ ਦਿਆ ਆਪਣੇ ਚਾਚੂਆਂ ਦੇ ਕੋਲ ਖਲੋਤਾ ਆ ਜਾ ਨਹੀਂ ਜਾਣਾ ਮੈਂ ਨਾ ਚੱਲਾਂ ਸਿੱਧਾ ਘਰ ਮੈਂ ਭੈਣਾਂ ਨੂੰ ਲੈ ਕੇ ਉਹਨੂੰ ਝੂਟਾ ਦੇਣਾ ਤੈਨੂੰ ਨਹੀਂ ਦੇਣਾ ਠੇਂਗਾ ਲੈ ਲਾ ਲੈ ਕੇ ਆਇਓ ਮੇਰੇ ਨੂੰ ਹਾਂ ਆਪਾਂ ਚੀਜ਼ੀ ਵੀ ਖਾਂਦੇ ਹਾਂ ਮੈਂ ਤਾਂ ਅੱਛਾ ਚੀਜ਼ੀ ਖਾਂਦੇ ਹਾਂ ਅਸੀਂ ਵੀ ਲੈਣ ਚੱਲੇ ਜੀ ਹਾਂ ਨਹੀਂ ਤਾਂ ਨਾ ਸਹੀ ਐਸ਼ਾ ਗੰਦਾ ਭਈਆ ਨਹੀਂ ਗੱਲ ਛੋਣਦਾ ਪਾਪਾ ਦੇ ਨਾਲ ਨਹੀਂ ਆਇਆ ਮੈਂ ਕਿਹਾ ਮੈਂ ਆਪਣੀ ਧੀ ਨੂੰ ਝੂਟਾ ਦਿੰਦਾ ਉਹ ਬਾਹਰ ਖਲੋਤਾ ਪਿੱਛੇ ਹਾਂ ਹਾਂ ਬਾਈ ਹੁਣ ਮੁੰਡਾ ਸੜਦਾ ਹੁਣ ਮੁੰਡਾ ਵੇਚਦਾ ਵੀ ਨਹੀਂ ਸੜਦਾ ਹੁਣ ਪਿੱਛੇ ਵੇਚਦਾ ਹੁਣ ਨਹੀਂ ਅਸੀਂ ਵੇਖਣਾ ਹੈ ਵੀ ਆਸ਼ਾ ਮੁੰਡਾ ਸੜਦਾ ਪਿਆ ਖਲੋ ਗਏ ਆ ਚੀਜ਼ੀ ਲੈ ਗਏ ਅਸੀਂ ਆ ਗਏ ਹਾਂਜੀ ਦੋਸਤ ਘਰ ਪਹੁੰਚ ਕੇ ਜਿਹਨਾਂ ਦਾ ਨਹਾ ਧੋ ਕੇ ਫਰੈਸ਼ ਹੋ ਗਿਆ ਬਹੁਤ ਜ਼ਿਆਦਾ ਯਾਰ ਗਰਮੀ ਸੀ ਪਿਛਲੇ ਟਾਈਮ ਤਾਂ ਦਿਲ ਘਬਰਾਉਂਦਾ ਸੀ ਇੰਨੀ ਗਰਮੀ ਸੀ ਹੈ ਚਲੋ ਅੱਲਾ ਕਰ ਕਰੇ ਅੱਲਾ ਪਰੇਸ਼ਾਨੀਆਂ ਪੈਦਾ ਕਰੇ ਸੁਬਾਹ ਤਾਂ ਬੜਾ ਪਿਆਰਾ ਮੌਸਮ ਸੀ ਸੁਬਾਹ ਤੁਸੀਂ ਦੇਖਿਆ
ਠੀਕ ਹੈ ਦੋਸਤੋ, ਇਹਦੇ ਇਸ ਵਲੋਗ ਦਾ ਐਂਡ ਕਰਦੇ ਸੀ ਜੀ। ਤੰਦਰੁਸਤੀ ਫਿਰ ਮਿਲਦੇ ਆ ਤੁਹਾਡੇ ਨਾਲ, ਪੂਰੇ ਵਲੋਗ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ, ਬਹੁਤ ਸਾਰਾ ਪਿਆਰ, ਅੱਲਾ ਹਾਫਿਜ਼।